ਫਗਵਾੜਾ ਦੇ ਬਾਬਾ ਗਦੀਆ ਨਜ਼ਦੀਕ ਖਾਲਸਾ ਕਲੋਨੀ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਜਵਾਈ ਨੇ ਆਪਣੇ ਹੀ ਸਹੁਰਾ ਪਰਿਵਾਰ, ਪਤਨੀ ਅਤੇ ਵਕੀਲ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਹੁਰਾ, ਪਤਨੀ ਅਤੇ ਉਹਨਾਂ ਦਾ ਵਕੀਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਭਰਤੀ ਕਰਵਾਇਆ ਗਿਆ। ਖਾਲਸਾ ਇਨਕਲੇਵ ਵਿੱਚ ਰਹਿਣ ਵਾਲੀ ਪੀੜਤ ਕੁਲਵਿੰਦਰ ਕੌਰ ਨੇ ਦੱਸਿਆ ਹੈ ਕਿ ਉਹ ਆਪਣੇ ਪਿਤਾ ਦੇ ਨਾਲ ਰਹਿ ਰਹੀ ਸੀ ਅਤੇ ਉਸਦਾ ਤਲਾਕ ਹੋ ਚੁੱਕਾ ਹੈ। ਉਸਦਾ 8 ਸਾਲ ਦਾ ਇੱਕ ਲੜਕਾ ਵੀ ਹੈ। ਉਹਨਾਂ ਦੇ ਗੁਆਂਢ ਵਿੱਚ ਰਹਿਣ ਵਾਲਾ ਲੜਕਾ ਉਸਦੇ ਪਰਿਵਾਰਕ ਮੈਂਬਰਾਂ ਨੂੰ ਕਹਿਣ ਲੱਗਾ ਕਿ ਉਹ ਆਪਣੀ ਲੜਕੀ ਨੂੰ ਬਾਹਰ ਬਹਿਰੀਨ ਭੇਜ ਦੇਣ ਅਤੇ ਉਸਦਾ ਪਾਸਪੋਰਟ ਵੀ ਉਸ ਲੜਕੇ ਨੇ ਹੀ ਬਣਵਾ ਕੇ ਦਿੱਤਾ ਹੈ। ਪੀੜਤ ਲੜਕੀ ਜਦੋਂ ਬਾਹਰ ਗਈ ਤਾਂ ਇੱਕ ਸੁਖਜੀਤ ਨਾਮਕ ਲੜਕੇ ਨੇ ਉਸਦੇ ਨਾਲ ਜ਼ਬਰਦਸਤੀ ਕੋਈ ਨਸ਼ਾ ਦੇ ਕੇ ਬੇਹੋਸ਼ੀ ਦੀ ਹਾਲਤ ਵਿੱਚ ਵਿਆਹ ਕਰਵਾ ਲਿਆ ਅਤੇ ਲੜਕੀ ਨੂੰ ਜਦੋਂ ਹੋਸ਼ ਆਈ ਤਾਂ ਉਸਨੇ ਲੜਕੇ ਵਾਲਿਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਅਤੇ ਉਸਦੇ ਬੱਚੇ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ਦੇ ਚਲਦਿਆਂ ਪੀੜਤ ਲੜਕੀ ਆਪਣੀ ਜਾਨ ਬਚਾ ਕੇ ਵਾਪਸ ਇੰਡੀਆ ਆ ਗਈ। ਕੁਝ ਮਹੀਨਿਆਂ ਬਾਅਦ ਉਹ ਲੜਕਾ ਵੀ ਉਸਦੇ ਪਿੱਛੇ ਆ ਗਿਆ। ਜਦੋਂ ਲੜਕੀ ਨੂੰ ਪਤਾ ਲੱਗਾ ਕਿ ਇਹ ਖਾਲਸਾ ਇਨਕਲੇਵ ਰਹਿੰਦੀ ਹੈ ਤਾਂ ਉਸ ਨੌਜਵਾਨ ਨੇ ਲੜਕੀ ਦੇ ਘਰ ਜਾ ਕੇ ਉਸਦੇ ਪਿਤਾ, ਵਕੀਲ ਅਤੇ ਆਪਣੀ ਪਤਨੀ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਕੀ ਮਾਮਲਾ ਕੀ ਹੈ ਜੀ, ਜਿਹੜਾ ਅੱਜ ਤੁਹਾਡੇ ਕੁੱਟਮਾਰ ਕੀਤੀ ਗਈ ਹੈ? ਹਾਂਜੀ ਸਰ, ਇਹ ਮੈਨੂੰ ਪਾਰਲਰ ਦੇ ਕੰਮ ਦੇ ਵਿੱਚ ਬਾਹਰ ਲੈ ਕੇ ਗਏ ਆ। ਕੌਣ ਲੈ ਗਏ? ਇਹ ਝਿੰਗਣਾ ਤੋਂ ਮਨਜੀਤ ਕੌਰ ਲੈ ਕੇ ਗਈ ਆ। ਇਹ ਕਹਿੰਦੇ ਸੀ ਸਾਡਾ ਆਪਣਾ ਪਾਰਲਰ ਆ, ਅਸੀਂ ਪਾਰਲਰ ਦੇ ਕੰਮ ਲਈ ਤੈਨੂੰ ਲੈ ਕੇ ਜਾਣਾ, ਕੁੜੀਆਂ ਦੀ ਜ਼ਰੂਰਤ ਆ ਉੱਧਰ। ਅਤੇ ਉੱਧਰ ਜਾ ਕੇ ਇਹਨਾਂ ਨੇ 4 ਘੰਟੇ ਬਾਅਦ ਨਸ਼ੀਲੀਆਂ ਦਵਾਈਆਂ ਦੇ ਕੇ 4 ਘੰਟਿਆਂ ਦੇ ਵਿੱਚ ਮੇਰੇ ਇਹਨਾਂ ਨੇ ਲਾਵਾਂ ਕਰ ਦਿੱਤੀਆਂ, ਵਿਆਹ ਕਰ ਦਿੱਤਾ ਜ਼ਬਰਦਸਤੀ। ਉਸ ਤੋਂ ਬਾਅਦ ਹਾਂਜੀ ਜ਼ਬਰਦਸਤੀ ਹੀ ਕਰਦੇ ਆਏ। 15 ਦਿਨ ਇਹਨਾਂ ਨੇ ਮੇਰਾ ਇੰਨਾ ਕੁ ਜਿਉਣਾ ਹਰਾਮ ਕਰ ਦਿੱਤਾ ਕਿ ਉੱਧਰ ਮੈਂ ਤਾਂ ਮੌਤ ਮੰਗਦੀ ਸੀ, ਦਿਨ ਰਾਤ ਮੈਨੂੰ ਮੌਤ ਮਿਲ ਜਾਵੇ। ਪਰ ਇਹਨਾਂ ਨੇ ਇੱਦਾਂ ਕਿ ਮੈਨੂੰ ਜੀਂਦੀ ਨੂੰ ਇਹਨਾਂ ਨੇ ਇੰਨਾ ਕੁ ਮੈਨੂੰ ਟੋਰਚਰ ਕਰਕੇ ਰੱਖਿਆ ਸੀਗਾ ਕਿ ਮੈਂ ਆਪਣੇ ਬੱਚੇ ਕਰਕੇ ਵਾਪਸ ਆਉਣਾ ਚਾਹੁੰਦੀ ਸੀ, ਕਹਿੰਦੇ ਤਾਂ ਮੈਂ ਤਾਂ ਆਪਣਾ ਕੰਮ ਉੱਧਰ ਹੀ ਕਰ ਲੈਣਾ ਸੀ ਜਿੰਨਾ ਕੁ ਮੈਂ ਮਜ਼ਬੂਰ ਕੀਤਾ ਸੀ। ਮੈਰਿਜ ਹੋਈ ਤੁਹਾਡੇ ਪਹਿਲਾਂ? ਕਿੰਨੇ ਬੱਚੇ ਤੁਹਾਨੂੰ? ਇੱਕੋ ਹੀ ਹੈ ਮੇਰਾ ਬੱਚਾ। ਅੱਛਾ ਜੀ, ਫਿਰ ਅੱਗੇ ਕੀ ਹੋਇਆ? ਹਾਂਜੀ, ਅਤੇ ਉਸ ਤੋਂ ਬਾਅਦ ਮੈਂ ਬੜੀ ਮੁਸ਼ਕਲ ਨਾਲ, ਜਿੱਦਾਂ ਪਾਰਲਰ ਵਾਲੀਆਂ ਉੱਧਰ ਲੜਕੀਆਂ ਸੀਗੀਆਂ ਉਹਨਾਂ ਦੀ ਹੈਲਪ ਨਾਲ, ਆਪਣੇ ਜੀਜੂ ਦੀ ਜਾਂ ਹੈਲਪ ਦੇ ਨਾਲ ਮੈਂ ਕਿਸੇ ਤਰ੍ਹਾਂ ਮੈਂ ਉੱਧਰੋਂ ਵਾਪਸ ਆ ਗਈ ਹਾਂ। ਇਹਨੇ ਪਹਿਲਾਂ ਮੇਰੀ ਟਿਕਟ ਕਰਵਾ ਤੀ, ਇਹਨਾਂ ਨੇ ਮੇਰੀ ਇਹਨੂੰ ਕੈਂਸਲ ਕਰਵਾ ਤੀ। ਇਹਦੇ ਘਰਦਿਆਂ ਨੇ ਕਰਵਾਇਆ ਸੀ ਕਿ ਪਤਾ ਨਹੀਂ ਇਹ ਕੁਛ ਉੱਦਾਂ ਦਾ ਕੰਮ ਨਾ ਕਰ ਦੇਵੇ ਕਿ ਸਾਡੇ ਸਿਰ ਨਾਮ ਆ ਜਾਣਾ। ਤੁਹਾਡੇ ਨਾਲ ਕਿੱਦਾਂ ਇਹ ਟਾਈਪ ਹੋਇਆ ਤੁਹਾਡੇ ਨਾਲ? ਇਹ ਸਾਡੇ ਨਾਲ ਨਾਲ ਦਾ ਪੜੋਸੀ ਸੀ ਰਜੇਸ਼, ਉਹਨੇ ਰਿਸ਼ਤਾ ਕਰਵਾਇਆ ਸੀ। ਕਿੱਥੇ ਦੇ ਰਹਿੰਦੇ? ਉਹਨੇ ਸੋਰੀ ਉਹਨੇ ਕਿਹਾ ਸੀਗਾ ਇੱਦਾਂ। ਹਾਂਜੀ, ਕਿੱਥੇ ਰਹਿੰਦੇ? ਕਿੱਥੇ ਤੁਸੀਂ? ਅਸੀਂ ਸਤਨਾਮਪੁਰੇ। ਕੋਈ ਥਾਣੇ ਕੰਪਲੇਂਟ ਲਿਖਾਈ ਸੀ ਇਸ ਸਬੰਧ ਵਿੱਚ? ਹਾਂਜੀ, ਬੋਲ ਖਾਈਆਂ, 2-3 ਜਗ੍ਹਾ ਲਿਖਾਈਆਂ ਹੋਈਆਂ, ਪੈਂਡਿੰਗ ਚੱਲ ਰਹੀਆਂ। ਐਨ ਆਰ ਆਈ ਥਾਣੇ ਕੀ ਮੰਗ ਕਰਦੇ ਹੋ ਜੀ? ਹਾਂਜੀ, ਮੈਨੂੰ ਇਨਸਾਫ ਦਿੱਤਾ ਜਾਵੇ। ਹੁਣ ਅੱਜ ਮੇਰੇ ਘਰ ਦੇ ਵਿੱਚ ਸ਼ਰੇਆਮ, ਮੇਰੇ ਬੱਚੇ ਦੇ ਮੇਰੇ ਬੱਚੇ ਨੂੰ ਵੀ ਇਹਨੇ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਮੁੰਡੇ ਨੇ ਕੋਈ ਕਮੀ ਨਹੀਂ ਛੱਡੀ, ਇਸ ਪੂਰੇ ਟੱਬਰ ਨੇ। ਤਿੰਨ 4 ਜਾਣੇ ਸੀ, ਇਹ ਸੁਖਜੀਤ ਸਿੰਘ, ਮਨਪ੍ਰੀਤ ਸਿੰਘ, ਇਹਦਾ ਬੁੜਾ ਜਿਹੜਾ ਜਗਦੀਪ ਸਿੰਘ, ਇਹਦੀ ਮਾਂ ਸੀ ਨਾਲ ਮਨਜੀਤ ਕੌਰ। ਕਿੱਥੇ ਰਹਿਣ ਸਾਰੇ? ਝਿੰਗੜਾ ਪਿੰਡ ਦਾ। ਇਹਨਾਂ ਦਾ ਰਿਸ਼ਤੇਦਾਰ ਸੀ, ਇੱਕ ਇਹਨਾਂ ਦਾ ਵਕੀਲ ਸੀ, ਸਾਰੇ ਜਾਣੇ ਸੀਗੇ। ਇਹ ਗੱਡੀ ਵਿੱਚ ਬਾਹਰ ਮੁੰਡਿਆਂ ਨੂੰ ਲੈ ਕੇ ਬੈਠਾ ਸੀ। ਇਹਨਾਂ ਐਨ ਪੂਰਾ ਧੱਕਾ ਸਾਡੇ ਨਾਲ, ਪੂਰੀ ਕੋਸ਼ਿਸ਼ ਕੀਤੀ ਮੇਰੇ ਪੇ ਨੂੰ ਇਹਨਾਂ ਨੇ ਅਧਮ ਹੋਇਆ ਕਰ ਦਿੱਤਾ। ਹੁਣ ਇਸ ਟਾਈਮ ਕੀ ਹਥਿਆਰ ਮਾਰੇ ਉਹਨੇ ਕੋਈ? ਹਾਂਜੀ ਹਾਂਜੀ, ਹਥਿਆਰ ਮਾਰਿਆ, ਬੈਟ ਮਾਰਿਆ, ਐਡਾ ਭਾਰਾ ਬੈਟ ਹੈ ਤਾਂ ਕਿਸੇ ਦੇ ਮਾਰੇ ਮਰ ਸਕਦਾ ਬੰਦਾ। ਬੈਟ ਘਰ ਟੁੱਟਾ ਪਿਆ, ਕੁਰਸੀਆਂ, ਇੱਟਾਂ, ਸਾਰਾ ਕੁਛ ਖਲਾਰਾ ਪਿਆ ਪਿਆ ਘਰ। ਕੋਈ ਹੁਣ ਕੰਪਲੇਂਟ ਲਿਖਾਈ ਤੁਸੀਂ ਇਸ ਸੰਬੰਧ? ਹਾਂਜੀ, ਹੁਣ ਲਿਖਾਣੀ ਆ। ਕੀ ਮੰਗ ਕਰਦੇ ਹੋ ਤੁਸੀਂ? ਹਾਂਜੀ, ਮੈਨੂੰ ਇਨਸਾਫ ਦਿੱਤਾ ਜਾਵੇ। ਬਸ ਮੈਂ ਉਸ ਇਨਸਾਨ ਨੂੰ ਬਸ ਅੰਦਰ ਦੇਖਣਾ ਚਾਹੁੰਦੀ, ਸਾਰੀ ਉਮਰ ਲਈ ਜੇਲ੍ਹ 'ਚ ਦੇਖਣਾ ਚਾਹੁੰਦੀ, ਸਾਰੀ ਉਮਰ ਲਈ, ਪੂਰੇ ਟੱਬਰ ਨੂੰ ਜੇਲ੍ਹ ਦੀਆਂ ਰੋਟੀਆਂ ਖਿਲਾਉਣੀਆਂ ਚਾਹੁੰਦੀ ਹਾਂ ਹੁਣ ਬਸ। ਹੁਣ ਜਿੱਦਾਂ ਦੀ ਮੇਰੇ ਨਾਲ ਕੀਤੀ, ਕਿਸੇ ਹੋਰ ਦੀ ਧੀ ਦੀ ਜ਼ਿੰਦਗੀ ਨਾ ਖਰਾਬ ਹੋਵੇ। ਇਹਨਾਂ ਦੀ ਮਾਂ ਨੇ ਨਾ ਬਹੁਤ ਪਹਿਲੇ ਦਿਨ ਤੋਂ ਜ਼ਬਰਦਸਤੀ ਕੀਤੀ ਆ, ਪਹਿਲੇ ਦਿਨ ਤੋਂ ਸਾਰਾ ਕੁਝ। ਉਹਨਾਂ ਨੇ ਕੋਈ ਚੰਗਾ ਨਹੀਂ ਕੋਈ ਸਮਝਦਾ। ਇਸ ਸੰਬੰਧੀ ਜਦ ਪੀੜਤ ਲੜਕੀ ਦੇ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਆਪਣੇ ਘਰ ਬੈਠੇ ਸੀ ਕਿ ਅਚਾਨਕ ਉਹਨਾਂ ਦਾ ਜਵਾਈ ਕਿਰਪਾਨ ਲੈ ਕੇ ਸਾਨੂੰ ਮਾਰਨ ਲਈ ਆ ਗਿਆ। ਉਹਨਾਂ ਨੇ ਕਿਹਾ ਹੈ ਕਿ ਲੜਕੇ ਦੀ ਮਾਂ ਮੇਰੀ ਲੜਕੀ ਨੂੰ ਬਿਊਟੀ ਪਾਰਲਰ ਦਾ ਚਾਂਸਾ ਦੇ ਕੇ ਬਾਹਰ ਲੈ ਗਈ। ਉਹਨਾਂ ਨੇ ਮੇਰੀ ਲੜਕੀ ਨਾਲ ਜ਼ਬਰਦਸਤੀ ਵਿਆਹ ਕੀਤਾ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ। ਮੇਰਾ ਨਾਮ ਸਾਧੂ ਸਿੰਘ ਆ ਜੀ। ਸਾਧੂ ਸਿੰਘ ਜੀ, ਅੱਜ ਕੀ ਹੋਇਆ? ਤੁਸੀਂ ਘਰ ਸੀਗੇ ਆਪਣੀ ਬੇਟੀ ਦੇ? ਅਸੀਂ ਆਪਣੇ ਘਰ 'ਚ ਬੈਠੇ ਸੀਗੇ, ਉਹ ਕੁਰਬਾਨ ਲੈ ਕੇ ਸਾਨੂੰ ਮਾਰਨ ਆ ਗਿਆ। ਕੌਣ? ਜਵਾਈ ਸਾਡਾ। ਅੱਛਾ, ਇਹ ਜਵਾਈ ਨਹੀਂ ਹੈਗਾ, ਇਹ ਦੁਸ਼ਮਣ ਵਾ ਸਾਡਾ। ਕੁੜੀ ਨੂੰ ਲੈ ਗਿਆ ਸੀ ਸਾਡੇ ਬਹਿਰੀਨ 'ਚ। ਹਾਂਜੀ, ਇਹ ਮੁੰਡੇ ਦੀ ਮਾਂ ਬਰੇਨ 'ਚ ਲੈ ਗਈ ਆ, ਕਹਿੰਦੀ ਬਿਊਟੀ ਪਾਰਲਰ ਦਾ ਕੰਮ ਸ਼ੁਰੂ ਕਰਨਾ ਹੈ। ਸਾਡੇ ਨਾਲ ਬਹੁਤ ਧੋਖਾ ਕੀਤਾ, ਇਹਨੇ ਉੱਥੇ ਜਾ ਕੇ ਆਪਣੇ ਮੁੰਡੇ ਦਾ ਵਿਆਹ ਕਰ ਦਿੱਤਾ ਧੱਕੇ ਨਾਲ। ਇਹ ਇਕੱਲੀ ਕੁੜੀ ਸੀਗੀ, ਇਹਨੇ ਮਾਂ ਪਿਓ ਹੈ ਨਹੀਂ ਉਹ, ਤਾਂ ਜ਼ਬਰਦਸਤੀ ਇਹਦਾ ਵਿਆਹ ਕਰਤਾ। ਹੁਣ ਸਾਨੂੰ ਮਾਰਨ ਰਿਮੋਲਵਰ ਲੈ ਕੇ ਆਇਆ ਸੀ। ਅਸੀਂ ਪਹਿਲਾਂ ਸਤਨਾਮਪੁਰ ਰਹਿੰਦੇ ਸੀਗੇ, ਸਤਨਾਮਪੁਰ ਸਾਨੂੰ ਰਿਮੋਲਵਰ ਲੈ ਕੇ ਮਾਰਨ ਆਏ, ਅਸੀਂ ਨੱਠ ਕੇ ਵੱਜ ਕੇ ਬਣੇ ਹਾਂ, ਤਾਂ ਹੁਣ ਇੱਥੇ ਸਾਨੂੰ ਮਾਰਨ ਆ ਗਿਆ ਕੁਰਬਾਨ ਨਾਲ। ਜਦੋਂ ਬਾਹਰ ਲੈ ਕੇ ਗਏ ਸੀਗੇ ਤੁਹਾਡੀ ਲੜਕੀ ਨੂੰ, ਉਦੋਂ ਪੈਸੇ ਵੀ ਲਏ ਸੀ ਉਹਨਾਂ ਨੇ? ਹਾਂਜੀ, ਕੰਮ ਬਣਾਉਣ ਵਾਸਤੇ ਪੈਸੇ ਲਏ
ਪੈਸੇ ਮੈਂ ਕਿਹਾ 2 ਲੱਖ ਰੁਪਇਆ ਲਿਆ ਸਕਾਂ। ਅੱਛਾ, ਇਹ ਕੁੜੀ ਤੁਹਾਡੀ ਇਕੱਲੀ ਗਈ ਸੀ ਬਾਹਰ? ਇਹ ਭਤੀਜੀ ਆ ਗਈ, ਇਹਦੇ ਮਾਂ ਪਿਓ ਹੈ ਨਹੀਂ। ਅੱਛਾ ਜੀ। ਮੈਂ ਤਾਇਆ, ਮੈਂ ਹੀ ਪਾਈਆਂ ਬਾਈਆਂ ਦਿਨਾਂ ਦੇ। ਅੱਛਾ ਜੀ। ਇਹ 3 ਭੈਣਾਂ ਆ। ਅਤੇ ਬਾਹਰੋਂ ਤੁਹਾਨੂੰ ਫਿਰ ਉਹਨੇ ਕਦੀ ਫੋਨ ਕਰਕੇ ਦੱਸਿਆ ਵੀ ਮੈਨੂੰ ਮਾਰਦਾ ਕੁੱਟਦਾ ਜਾਂ ਮੈਨੂੰ ਪਛਾਣਦਾ? ਹਾਂ, ਮਾਰਦਾ ਕੁੱਟਦਾ। ਅੱਛਾ, ਤੂੰ ਮੇਰਾ ਬੜਾ ਜਵਾਈ ਜਿਹੜਾ ਨਾ, ਉਹ ਉਹਨਾਂ ਦੇ ਕੋਲ ਆ। ਅੱਛਾ ਜੀ। ਤਾਂ ਉਹਨੇ ਫਿਰ ਤਰੀਕੇ ਨਾਲ ਇਹਨੂੰ ਇੱਧਰ ਵਾਪਸ ਚੜਾਤਾ 15 ਦਿਨ ਬਾਅਦ। ਅੱਛਾ, ਵਿਆਹ ਹੋ ਗਿਆ ਸੀ ਉੱਥੇ? ਵਿਆਹ ਹੋ ਗਿਆ, ਬਾਹਰੇ ਹੋਇਆ ਸੀ। ਵਿਆਹ ਧੋਖੇ ਨਾਲ ਕਹਿੰਦੇ ਕਰਾਇਆ ਵਿਆਹ? ਹਾਂ, ਧੋਖੇ ਨਾਲ ਕੀਤਾ ਨਹੀਂ। ਅਤੇ ਅੱਜ ਕੀ ਹੋਇਆ ਸੀ? ਅੱਜ ਤਾਂ ਅਸੀਂ ਬੈਠੇ ਹਾਂ, ਅਸੀਂ ਆਪਣੇ ਘਰ ਦੇ ਮੋਹਰੇ ਆ। ਇਹ ਸਾਰੇ ਸ਼ਹਿਰ 'ਚ ਸਾਨੂੰ ਟੋਲਦਾ ਫਿਰਦਾ, ਕਿਸੇ ਨੇ ਅਸੀਂ ਛੂਹ ਦਿੱਤੀ ਅਤੇ ਇੱਧਰ ਆਇਓ ਆ। ਪਹਿਲਾਂ ਹੀ ਸਤਨਾਮ ਬਣ ਰਹੇ ਹਾਂ 10 ਸਾਲ, ਅਸੀਂ ਹੁਣ ਉੱਥੇ ਰਫਲ ਲੈ ਕੇ ਆਏ ਹਰਮਾਉਣ ਵੱਲ। ਤਾਂ ਫਿਰ ਅਸੀਂ ਇੱਧਰ ਘਰ ਬਦਲੀ ਕਰ ਲਿਆ। ਕੌਣ ਕੌਣ ਆਇਆ ਸੀ ਅੱਜ? ਉਹ ਇਕੱਲਾ ਹੀ ਸੀਗਾ ਜੀ। ਅੱਛਾ। ਤਾਂ ਇੱਕ ਮੁੰਡਾ ਹੋਰ ਸੀ ਨਾਲ, ਉਹ ਨਹੀਂ ਪਤਾ ਲੱਗਾ ਕੌਣ ਕੀ ਮਾਰਿਆ ਤੁਹਾਡੇ? ਫਿਰ ਕੁਰਬਾਨ ਮਾਰੀ ਮੈਂ। ਹੋਰ ਵੀ ਕੋਈ ਹਥਿਆਰ ਸੀ ਕੋਲ ਉਹਨਾਂ ਦੇ? ਹਥਿਆਰ ਹੋਰ ਤਾਂ ਮੈਂ ਦੇਖੇ ਨਹੀਂ, ਮੇਰੇ ਸਾਈਡ 'ਤੇ ਸੜਕ ਲੱਗ ਗਈ। ਮੈਂ ਤੁਸੀਂ ਕਹਿ ਰਹੇ ਹੋ ਰਿਵਾਲਵਰ ਸੀ ਕੋਲ? ਉਹ ਰਿਵਾਲਵਰ ਲੈ ਕੇ ਸੀਗਾ ਆਪਦਾ, ਆਪਣੇ ਸਤਨਾਮ ਪਟੇ ਵਾਲਾ। ਅੱਛਾ। ਉੱਧਰ ਲੈ ਕੇ ਆਏ ਸਾਨੂੰ ਮਾਰਨ। ਅੱਛਾ ਜੀ। ਉਹ ਕਦੋਂ ਦੀ ਗੱਲ ਆ? ਉਹ ਹੋ ਗਿਆ 2-3 ਮਹੀਨੇ ਹੋ ਗਏ। ਅੱਛਾ। ਫਿਰ ਉੱਥੋਂ ਘਰ ਬਦਲੀ। ਹੁਣ ਕੀ ਤੁਸੀਂ ਮੰਗ ਕਰਦੇ ਆ ਪੁਲਿਸ ਕੋਲੋਂ? ਪੁਲਿਸ ਕੋਲ ਮੰਗ ਕੇ ਕਰਨੇ ਵੀ ਇਹਨੂੰ ਸਜ਼ਾ ਹੋਣੀ ਚਾਹੀਦੀ, ਸਾਡਾ ਜਿੰਨਾ ਵੀ ਖਰਚਾ ਹੁੰਦਾ ਹੈ ਸਾਨੂੰ ਦਿੱਤਾ ਜਾਵੇ। ਇਸ ਸਬੰਧੀ ਜਦ ਪੀੜਤ ਵਕੀਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਹੈ ਕਿ ਮੈਂ ਉਹਨਾਂ ਦੇ ਘਰ ਕੇਸ ਬਾਰੇ ਪੁੱਛਣ ਆਇਆ ਸੀ। ਇੰਨਾ ਹੀ ਨਹੀਂ, ਉਹਨਾਂ ਨੇ ਕਿਹਾ ਹੈ ਕਿ ਲੜਕੀ ਕਿੰਨੀ ਵਾਰ ਸ਼ਿਕਾਇਤ ਕਰ ਚੁੱਕੀ ਹੈ ਪਰ ਪੁਲਿਸ ਇਸ ਦਾ ਕੋਈ ਹੱਲ ਨਹੀਂ ਕਰ ਰਹੀ। ਚਰਨਜੀਤ ਸਿੰਘ ਜੀ, ਤੁਸੀਂ ਉਹ ਜਿਹੜੀ ਲੜਕੀ ਪੀੜਤ ਇੱਥੇ ਆਈ ਹੈ ਐਡਮਿਟ, ਉਹਦੇ ਫਾਦਰ ਦੇ ਵੀ ਸੱਟਾਂ ਲੱਗੀਆਂ, ਅੱਜ ਤੁਸੀਂ ਕੋਰਟ ਦੇ ਕੇਸ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਘਰ ਪਹੁੰਚੇ ਸੀ, ਜਦੋਂ ਤੁਸੀਂ ਉੱਥੇ ਪਹੁੰਚੇ ਸੀ ਕੀ ਹੋਇਆ ਉੱਥੇ? ਉੱਥੇ ਸਰ ਮੈਂ ਜਦ ਪਹੁੰਚਿਆ, ਹਲੇ ਗੱਲਬਾਤ ਅਸੀਂ ਕਰ ਰਹੇ ਨਾ ਰਹੇ ਸੀਗੇ, ਅਤੇ ਮੇਰੇ ਕਲੈਨ ਨੇ ਪਹਿਲੇ ਨਾ ਜੀ ਨਾ ਕੰਪਲੇਂਟਾਂ ਕੀਤੀਆਂ ਸੀ NRI ਥਾਣੇ, ਸਤਨਾਮਪੁਰਾ, ਸਿਟੀ, ਸਾਂਝਾ ਕਲਾਂ, ਉਹਨਾਂ ਨੂੰ ਮੈਂ ਕਿਹਾ ਸੀ ਵੀ ਇਹਨਾਂ 'ਤੇ ਕੋਈ ਵੀ ਹਮਲਾ ਕਰ ਸਕਦਾ, ਮੁੰਡਾ ਕਮਾਈ ਨਾਲ ਲੈ, ਤੁਸੀਂ ਇਹਨਾਂ 'ਤੇ ਕਾਰਵਾਈ ਕਰੋ। ਅਤੇ ਜਦ ਮੈਂ ਅੱਜ ਕੇਸ ਦੇ ਸੰਬੰਧ ਵਿੱਚ ਆਇਆ ਅਤੇ ਉਹਨਾਂ ਨੇ ਆ ਕੇ ਉਹਨਾਂ 'ਤੇ ਅਟੈਕ ਕਰਤਾ, ਅਤੇ ਮੇਰੇ ਵੀ ਉਹਨਾਂ ਨੂੰ ਪਤਾ ਸੀ ਵੀ ਆਈ ਐਮ ਲੋਅਰ, ਵੀ ਮੈਂ ਹਾਈਕੋਰਟ ਦਾ ਐਡਵੋਕੇਟ, ਉਹਨੇ ਮੇਰੇ ਵੀ ਇੱਥੇ ਨਾ ਕਿਰਪਾਨਾਂ ਮਾਰੀਆਂ ਲੈਫਟ ਸਾਈਡ। ਤੁਸੀਂ ਕਿਹੜੀ ਜਗ੍ਹਾ ਪ੍ਰੈਕਟਿਸ ਕਰ ਰਹੇ ਹੋ? ਹਾਈਕੋਰਟ ਚੰਡੀ। ਅਤੇ ਇਹ ਲੜਕੀ ਜਿਹੜੀ ਪੀੜੀ ਤਾਂ ਇਹਨਾਂ ਦਾ ਕੇਸ ਕਿੱਥੇ ਚੱਲ ਰਿਹਾ? ਇਹਨਾਂ ਦਾ ਜੀ ਹਾਲੇ ਇਹ ਐਕਚੁਅਲੀ NRI, ਇਹ ਜਿਹੜੀ ਲੜਕੀ ਹੈ ਇਹਨੂੰ ਇਹ ਧੋਖੇ ਦੇ ਨਾਲ 3 ਜਨਵਰੀ ਨੂੰ ਬਹਿਰੀਨ ਲੈ ਗਏ ਸੀਗੇ, ਅਤੇ 4 ਤਰੀਕ ਉੱਥੇ ਜ਼ਬਰਦਸਤੀ ਉੱਥੇ ਇਹਨਾਂ ਜਾ ਕੇ ਇਹਦਾ ਜ਼ਬਰਦਸਤੀ ਵਿਆਹ ਕਰਾ ਕੇ ਫਿਰ ਇਹਦੇ ਨਾਲ ਕੁੱਟਮਾਰ ਨਾ ਕੀਤੀ ਉਹਨਾਂ ਨੇ, ਅਤੇ ਇਹ ਇੰਡੀਆ ਦੀ 18 ਤਰੀਕ ਨੂੰ ਵਾਪਸ ਆ। ਅਤੇ ਨਹੀਂ, ਕੋਰਟ ਕੇਸ ਕਿਹੜੀ ਕੋਰਟ 'ਚ ਚੱਲ ਰਿਹਾ? ਕੋਰਟ ਕੇਸ ਨਹੀਂ ਹੈ ਜੀ, ਹਾਲੇ ਤਾਂ ਕੰਪਲੇਂਟਾਂ ਹੀ ਚੱਲਦੀਆਂ ਪੁਲਿਸ ਦੇ ਕੋਲ, ਪੁਲਿਸ ਕੁਛ ਕਰ ਰਹੀ ਨਹੀਂ ਰਹੀ। ਨਹੀਂ, ਉਹ ਪੀੜਤ ਲੜਕੀ ਨੇ ਮੀਡੀਆ ਨੂੰ ਬਿਆਨ ਦਿੱਤਾ ਵੀ ਮੇਰਾ ਕੇਸ ਚੱਲ ਰਿਹਾ ਕੋਰਟ 'ਚ? ਨਹੀਂ, ਉਹਨੂੰ ਨਹੀਂ ਪਤਾ ਵਿਚਾਰੀ, ਜਿਹੜੀ ਮੇਨ ਗੱਲ ਹੈ ਉਹਨੂੰ ਇਸ ਗੱਲ ਦਾ ਨਹੀਂ ਪਤਾ। ਕੰਪਲੇਂਟਾਂ ਪਾਈਆਂ, ਸਤਨਾਮਪੁਰਾ ਥਾਣਾ ਪਾਇਆ, NRI ਥਾਣਾ ਪਾਇਆ, ਕੀ ਕਹਿੰਦੇ ਆਪਣਾ ਇੱਧਰ ਸਾਂਝਾ, ਮੈਂ ਪਿੰਡ ਦਾ ਨਾਂ ਨਹੀਂ ਜਾਂਦਾ, ਉੱਥੇ ਦਾ ਇਹਨਾਂ ਨੇ ਨਾ ਮਤਲਬ ਕਿ ਕੇਸ ਕੀਤਾ। ਫਿਰ ਤੁਸੀਂ ਕਿਸ ਸੰਬੰਧ 'ਚ ਆਏ ਸੀ ਇਹਨਾਂ ਦੇ ਕੋਲ ਅੱਜ? ਅਤੇ ਮੈਂ ਅੱਜ ਕੇਸ ਦੇ ਵਿੱਚ ਆਇਆ ਸੀਗਾ ਵੀ ਸਵੇਰੇ ਉਹਨਾਂ ਨੇ ਕੱਲ੍ਹ ਨੂੰ 3 ਵਜੇ ਨਾਲ ਬੁਲਾਇਆ ਸੀਗਾ। ਮੈਂ ਕਿਹਾ ਵੀ ਮੇਰੇ ਕੋਰਟ ਕੇਸ ਪੈਂਡਿੰਗ ਹੈ, ਮੈਂ ਉਹ ਕਰਨ ਤੋਂ ਬਾਅਦ ਆਫਟਰ ਲੈਂਥ 'ਤੇ ਬਾਅਦ ਆਊਗਾ। ਮੈਨੂੰ ਨਹੀਂ ਪਤਾ ਜੀ ਵੀ ਇਹ ਬੰਦਾ ਕੌਣ, ਅੰਦਰੇ ਆਏ ਇਹਨਾਂ ਨੇ 4-5 ਬੰਦਿਆਂ ਦੇ, 6 ਬੰਦੇ ਸੀ ਅਤੇ ਇਹਨਾਂ ਨੇ ਹਮਲਾ ਕਰ ਲਿਆ। ਸਰ ਤੁਸੀਂ ਅੱਜ ਕਦੋਂ ਆਏ ਹੋਏ ਸੀ ਇਹਨਾਂ ਦੇ ਘਰ? ਇਹ ਸਰ ਟਾਈਮ ਕੁਛ ਹੋਊਗਾ, ਕੁਛ 7:30 ਦਾ ਟਾਈਮ ਉਹਨੇ। ਅੱਛਾ, ਤੁਹਾਡੇ ਕਹਿਣ ਦਾ ਹਲੇ ਕੋਰਟ ਕੇਸ ਨਹੀਂ ਕੀਤਾ, ਹਲੇ ਸਿਰਫ ਜਸਟ ਪੁਲਿਸ ਕੰਪਲੇਂਟ ਚੱਲ ਰਹੀਆਂ, ਕੰਪਲੇਂਟਾਂ ਚੱਲ ਰਹੀਆਂ, ਉਹ ਪੈਂਡਿੰਗ। ਬਜਾ ਸਾਹਿਬ, ਤੁਸੀਂ ਵੀ ਸਰ ਨਸ਼ੇ ਵਿੱਚ ਹੋ ਕਿਤੇ, ਇਹ ਨਸ਼ੇ ਦੇ ਕਰਕੇ ਤਾਂ ਨਹੀਂ ਝਗੜਾ ਹੋਇਆ ਸਾਰਾ? ਸਰ ਤੁਸੀਂ ਨਸ਼ਾ ਕੀਤਾ ਹੋਇਆ, ਤੁਹਾਡੇ ਸਮੈਲ ਆ ਰਹੀ ਮੂੰਹ ਚੋਂ? ਨਹੀਂ, ਕਿਤੇ ਇਹੀ ਤਾਂ ਨਹੀਂ ਕਰ ਰਹੇ ਡਰਿੰਕ ਕਰ ਰਹੇ? ਇਹ ਤਾਂ ਇਹਨਾਂ 'ਤੇ ਜਦ ਹਮਲਾ ਹੋਇਆ ਉਦੋਂ ਮੈਂ ਨਾ ਪਹੁੰਚਿਆ ਸੀਗਾ, ਮੈਂ ਤਾਂ ਮੇਰੀ ਕਾਰ ਦੇ ਕੋਲ ਆ ਗਿਆ। ਅੱਛਾ, ਤੁਹਾਡੇ ਨਾਲ ਕੀ ਹੋਇਆ ਫਿਰ? ਜਦ ਮੈਂ ਜੀ ਆਪਣੀ ਕਾਰ, ਤੁਸੀਂ ਫਿਰ ਇੱਕ ਮਿੰਟ ਡਰਿੰਕ ਕਰਕੇ ਤੁਸੀਂ ਘਰ ਗਏ ਸੀ ਇਹਨਾਂ ਦੇ? ਮੈਂ ਕਿਉਂ ਕਰੂੰਗਾ ਡਰਿੰਕ, ਮੇਰਾ ਮੈਡੀਕਲ ਕਰਾਓ। ਓਕੇ, ਜਦੋਂ ਤੁਸੀਂ ਉੱਥੇ ਬੈਠੇ ਸੀਗੇ ਉਹਨਾਂ ਨੇ ਹਮਲਾ ਕੀਤਾ, ਕਿੰਨੇ ਜਣੇ ਸੀਗੇ? ਉਹ ਜੀ ਉਹਦੀ ਮਾਂ ਸੀਗੀ ਮਨਜੀਤ ਕੌਰ, ਉਹਦਾ ਬਾਪ ਸੀਗਾ, ਅਤੇ ਇੱਕ ਉਹਦਾ ਭਾਈ, ਅਤੇ ਇੱਕ ਸੁਖਜਿੰਦਰ ਜੀ ਦੇ ਮੈਂ ਬਰਖਲਾ। ਓਕੇ, ਅਤੇ ਜਦੋਂ ਉਹਨਾਂ ਦੇ ਫਾਦਰ 'ਤੇ ਹਮਲਾ ਹੋਇਆ, ਉਹਨਾਂ ਦੇ ਟਾਂਗੇ ਵੀ ਲੱਗੇ ਆ, ਕਿਰਪਾਨਾਂ ਨਾਲ ਡੈਟੀ ਸੀ ਅੱਖਾਂ ਦੇ ਸਾਹਮਣੇ ਦੇ, ਤੁਹਾਡੇ ਸਾਹਮਣੇ ਹੋਇਆ ਸਾਰਾ? ਹਾਂ, ਡੈਟੀ ਸੀ, ਲੜਕੀ ਨੂੰ ਵੀ ਮਾਰਿਆ, ਉਹਦੇ ਬੇਟੇ ਨੂੰ ਵੀ ਮਾਰਿਆ, ਅਤੇ ਮਰਲੇ ਵਿੱਚ ਨਾ ਧਮਕੀਆਂ ਦੇਣ ਦਾ ਫਿਰ ਭੱਜ ਗਏ ਲੋਕ। ਫਿਰ ਉੱਥੇ ਉਹ ਇਹਨਾਂ ਨੇ 100 ਨੰਬਰ 'ਤੇ ਫੋਨ ਕੀਤਾ। ਤੁਹਾਡੇ ਵੀ ਸੁਖਜੀਤ ਨੇ ਹਮਲਾ ਕੀਤਾ ਜਾਂ ਉਹਦੇ ਨਾਲ ਕਿਸੇ ਹੋਰ ਨੇ ਵੀ? ਸੁਖਜੀਤ ਨੇ, ਅਤੇ ਉਹਦੇ ਪਿਓ ਨੇ ਆ ਕੇ ਮੈਨੂੰ ਧੱਕਾ ਮਾਰਿਆ। ਤੁਸੀਂ ਕਿਹੜੀ ਜਗ੍ਹਾ ਰਹਿੰਦੇ ਸੀ? ਮੈਂ ਜੀ ਲੁਧਿਆਣਾ।
ਇਸ ਸੰਬੰਧੀ ਥਾਣਾ ਸਿਟੀ ਦੇ SHO ਵਿਜੇ ਪਾਲ ਕੁਵਰ ਨੇ ਕਿਹਾ ਹੈ ਕਿ ਕੇਸ ਰਜਿਸਟਰ ਕਰ ਲਿਆ ਗਿਆ ਹੈ ਜਿਸ ਦੇ ਚਲਦਿਆਂ ਧਾਰਾ 323, 324, 452, 354 IPC ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਦੀ ਭਾਲ ਜਾਰੀ ਹੈ। ਇਸ ਸੰਬੰਧੀ ਇੱਕ ਸਾਧੂ ਸਿੰਘ ਸਾਨੂੰ ਭਜਨ ਰਾਮ ਅਕਾਲਗੜ੍ਹ ਸੈਣੀਆਂ ਦਾ ਰਹਿਣ ਵਾਲਾ ਇੱਥੇ ਖਾਲਸਾ ਨਗਰ ਰਹਿ ਰਹੇ ਸੀ। ਉੱਥੇ ਇੱਕ ਵਿਅਕਤੀ ਸੁਖਜੀਤ ਸਿੰਘ ਸਾਨੂੰ ਜਗਦੀਪ ਸਿੰਘ ਆਇਆ ਕੁਰਬਾਨ ਲੈ ਕੇ ਆ ਕੇ ਇਹਨਾਂ 'ਤੇ ਹਮਲਾ ਕਰ ਦਿੱਤਾ ਅਤੇ ਸਾਧੂ ਸਿੰਘ ਦੀ ਭਤੀਜੀ ਘਰੇ ਸੀ ਅਤੇ ਇੱਕ ਇਹਨਾਂ ਦਾ ਐਡਵੋਕੇਟ ਸੀਗਾ, ਉਹਨਾਂ ਨੂੰ ਵੀ ਸੱਟਾਂ ਮਾਰੀਆਂ ਜਿਹੜੀਆਂ ਸਾਧੂ ਸਿੰਘ ਦੇ 2 ਸੱਟਾਂ ਸ਼ਾਰਪ ਲੱਗੀਆਂ ਸੀ। ਜਦੋਂ 'ਤੇ ਅਸੀਂ ਕੇਸ ਰਜਿਸਟਰ ਕਰਤਾ 323, 324, 452, 353 IPC ਦਾ ਅਤੇ ਸੁਖਜੀਤ ਦੀ ਭਾਲ ਜਾਰੀ ਹੈ, ਜਲਦੀ ਇਹਨੂੰ ਅਰੈਸਟ ਕਰ ਲਿਆ ਜਾਊਗਾ। ਅਤੇ ਇਹਨਾਂ ਦਾ ਆਪਸ ਸੁਖਜੀਤ ਦਾ ਕੋਈ ਰਿਸ਼ਤਾ ਵੀ ਹੈਗਾ ਇਹਨਾਂ ਦਾ ਆਪਸ? ਦੱਸਣ ਦੇ ਮੁਤਾਬਕ ਇਹ ਸੀਗਾ, ਪਤਾ ਲੱਗਿਆ ਵੀ ਸੁਖਜੀਤ ਨੇ ਇਹਨਾਂ ਨੂੰ ਮੈਰਿਜ ਦਾ ਕੀਤੀ ਸੀ ਕੁਲਵਿੰਦਰ ਕੌਰ ਨਾਲ, ਉਹਨਾਂ ਦੋਨਾਂ ਦਾ ਲੜਾਈ ਝਗੜਾ ਰਹਿੰਦਾ, ਕੀ ਹੈ ਡਿਟੇਲ ਜੇ ਪਤਾ ਕਰਨੀ ਬਾਕੀ ਹੈ। ਫਗਵਾੜਾ ਤੋਂ ਮਨੂ ਚਾਵਲਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।